ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦਾ ਕੋਈ ਅਹਿਮ ਡਾਟਾ ਚੋਰੀ ਹੋ ਗਿਆ ਜੀ? ਮਾੜੇ ਮੋਟੇ ਲੋਕਾਂ ਦੇ ਡਾਟੇ ਤਾਂ ਚੋਰੀ ਹੁੰਦੀ ਰਹਿੰਦੀ ਹੈ ਜੀ, ਪਰ ਪ੍ਰਧਾਨ ਮੰਤਰੀ ਦੇ ਦਫ਼ਤਰ ਜਿਹੜਾ ਨਿੱਜੀ ਵੈਬਸਾਈਟ ਹੈ ਉਹਨਾਂ ਦੀ, ਉਹਨੂੰ ਦੂਜੀ ਵਾਰੀ ਸਾਨੂੰ ਲੱਗ ਚੁੱਕੀ ਹੈ ਅਤੇ ਹੁਣ ਫਿਰ ਦੁਬਾਰਾ ਜਿਹੜੀ ਆ ਉਹਨਾਂ ਦੀ ਵੈਬਸਾਈਟ ਜਿਹੜੀ ਆ ਉਹ ਹੈਕ ਕਰ ਲਈ ਗਈ ਹੈ। ਸਿਰਫ ਚੋਰੀ ਨਹੀਂ ਕੀਤਾ ਗਿਆ, ਚੋਰੀ ਕਰਕੇ ਉਹਨੂੰ ਦੁਬਾਰਾ ਡਾਰਕ ਵੈਬ ਦੇ ਉੱਤੇ ਸੇਲ ਦੇ ਵਾਸਤੇ ਵੀ ਲਾ ਦਿੱਤਾ ਗਿਆ। ਉਸ ਡਾਟੇ ਦੇ ਵਿੱਚ ਜੀ ਕਾਫੀ ਲੋਕਾਂ ਦੀ ਜਾਣਕਾਰੀ ਆ, ਤਕਰੀਬਨ 3 ਲੱਖ ਲੋਕ ਤਾਂ ਇਹੋ ਜਿਹੇ ਦਾਨੀ ਆ ਉਹਨਾਂ ਦੇ ਵਿੱਚ ਜਿਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀਆਂ ਅੱਡ ਅੱਡ ਸਕੀਮਾਂ ਦੇ ਵਿੱਚ ਡੋਨੇਸ਼ਨਾਂ ਕੀਤੀਆਂ ਹੋਈਆਂ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਜਸਕਰਨ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲ ਹੀ ਪ੍ਰੋਗਰਾਮ ਦੇਖ ਸੁਣ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਮਹਿੰਦਰਾ ਜੂਲਰ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਗਹਿਣਿਆਂ ਦੀ ਮਸ਼ਹੂਰ ਦੁਕਾਨ ਜਿੱਥੇ ਕਿ ਭਾਂਤ ਭਾਂਤ ਦੇ ਗਹਿਣੇ ਤੁਸੀਂ ਖਰੀਦ ਸਕਦੇ ਹੋ। ਇਸ ਵੇਲੇ ਇਹਨਾਂ ਨੇ ਨਵੀਂ ਸੇਲ ਸਕੀਮ ਚਲਾਈ ਹੋਈ ਹੈ ਕਿ ਤੁਸੀਂ 11 ਮਹੀਨੇ ਕੋਲ ਮਿੱਥੀ ਹੋਈ ਰਕਮ ਜਿਹੜੀ ਇਹਨਾਂ ਪਾਸ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ ਕਿਸ਼ਤ ਜਿਹੜੀ ਹੋਊਗੀ ਕੋਲੋਂ ਦੇ ਕੇ ਤੁਹਾਨੂੰ ਕੋਈ ਗਹਿਣਾ ਜਿਹੜਾ ਜੀ ਉਹ ਦੇ ਸਕਦੇ ਆ। ਇਹਨਾਂ ਦਾ ਸ਼ੋਰੂਮ ਯੂਨਿਟ ਨੰਬਰ 332 8028128 ਸਟਰੀਟ ਸਰੀ, ਅਤੇ ਜੇ ਤੁਸੀਂ ਵਟਸਐਪ 'ਤੇ ਕਾਲ ਕਰਕੇ ਕਿਤਿਓਂ ਵੀ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਹੈਗਾ 604-916-1010। ਇਸ ਦੇ ਨਾਲ ਹੀ ਸਾਡੇ ਦੂਜੇ ਸਪੋਂਸਰ ਨੇ ਫਾਈਬਰ ਟੈਕ ਪਲੰਬਿੰਗ ਦੀ ਦੁਨੀਆ ਦੇ ਵਿੱਚ ਵੱਡਾ ਨਾਂ, ਵੈਨਕੂਵਰ ਸਰੀ ਕੁਕਿਟਲਮ 3 ਥਾਵਾਂ ਤੋਂ ਇਹ ਸੇਵਾਵਾਂ ਦੇ ਰਿਹਾ, ਪਰ ਪੂਰੇ BC ਦੇ ਵਿੱਚ ਇਹ ਸਮਾਨ ਪਲੰਬਿੰਗ ਦਾ ਜੋ ਡਿਲੀਵਰ ਕਰਦੇ ਆ ਜੀ। ਟੂਟੀਆਂ ਟੱਬ ਟੋਇਲਟਸ ਲੈਣੇ ਹੋਣ, ਕੋਈ ਕੌਂਡੋ ਪ੍ਰੋਜੈਕਟ ਸ਼ੁਰੂ ਕਰਨਾ, ਟਾਊਨ ਹਾਊਸ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ, ਘਰ ਬਣਾ ਰਹੇ ਹੋ ਜਾਂ ਵੈਸੇ ਆਪਣਾ ਘਰ ਰੈਨੋਵੇਟ ਕਰ ਰਹੇ ਹੋ ਤਾਂ ਪਲੰਬਿੰਗ ਦਾ ਸਾਰਾ ਸਮਾਨ ਆਲਾ ਬ੍ਰਾਂਡ ਵਿੱਚ ਇੱਥੋਂ ਖਰੀਦ ਸਕਦੇ ਹੋ। ਸਰੀ ਲੋਕੇਸ਼ਨ 82-47-130 ਸਟਰੀਟ ਸਰੀ, ਫੋਨ 604-507-2199। ਗੁਰਪ੍ਰੀਤ ਜੀ, ਕੀ ਹਾਲਤ ਆ ਕਰੋਨਾ ਵਾਇਰਸ ਦੀ BC ਦੇ ਵਿੱਚ? ਸੈਕਿੰਡ ਵੇਵ ਦੀ ਗੱਲਬਾਤ ਚੱਲ ਰਹੀ ਸੀ, ਹੁਣ ਕੀ ਹਾਲਤ ਆ? ਹਾਲਤ ਜਿਹੜੀ ਹੈ ਜੀ ਡਾਕਟਰ ਬੋਨੀ ਹੈਨਰੀ ਦੇ ਮੁਤਾਬਕ ਕੰਟਰੋਲ ਦੇ ਵਿੱਚ ਹੈ ਜੀ, ਪਰ ਨਾਲ ਹੀ ਉਹ ਇਹ ਵੀ ਉਹਨਾਂ ਨੇ ਦੱਸਿਆ ਕਿ ਬੀਤੇ ਜਿਹੜੇ 3 ਦਿਨ ਸੀਗੇ ਵੀਕਐਂਡ ਦੇ, ਫਰਾਈਡੇ ਸੈਟਰਡੇ ਸੰਡੇ, ਉਹਦੇ ਵਿੱਚ 500 ਦੇ ਕਰੀਬ ਮਰੀਜ਼ ਜਿਹੜੇ ਆ ਜੀ ਬਣੇ ਆ ਕਰੋਨਾ ਦੇ, ਨਵੇਂ ਕੇਸ ਜਿਹੜੇ ਆ ਉਹ ਆਏ ਆ। ਪਰ ਉਹ ਕਹਿੰਦੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ, ਪਰ ਜਿਹੜੀ ਕਰਵ ਹੈਗੀ ਆ ਉਹ ਹਾਲੇ ਵੀ ਫਲੈਟ ਹੋਣ ਵੱਲ ਹੀ ਆ ਜਾ ਰਹੀ, ਕਿਉਂਕਿ ਜਿਹੜੇ ਆ ਲੋਕ ਉਹ ਕਹਿੰਦੇ ਬਹੁਤ ਸਹਿਯੋਗ ਦੇ ਰਹੇ ਆ, ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਇੰਸਟਰਕਸ਼ਨਸ ਦਿੰਦੇ ਹਾਂ ਉਵੇਂ ਉਵੇਂ ਉਹ ਫੋਲੋ ਕਰੀ ਜਾ ਰਹੇ ਆ, ਜਿਸ ਕਰਕੇ ਜਿਹੜੀ ਇਹ ਲਾਗ ਦੀ ਬਿਮਾਰੀ ਆ ਗਾਂਹ ਬਹੁਤੀ ਨਹੀਂ ਵੱਧ ਰਹੀ ਜੀ। ਸੋ ਇਸ ਗੱਲੋਂ ਕਹਿੰਦੇ ਵੀ ਚੰਗੀ ਖਬਰ ਆ। ਵੈਸੇ ਪੂਰੇ ਕੈਨੇਡਾ ਦੇ ਵਿੱਚ ਇਹ ਸੈਕਿੰਡ ਵੇਵ ਜਿਹੜੀ ਇਹ ਚੱਲ ਰਹੀ ਹੈ ਜੀ ਇਸ ਵੇਲੇ, ਅੰਟਾਰੀਓ ਦੇ ਵਿੱਚ ਵੀ ਜਿਹੜੇ ਮਰੀਜ਼ਾਂ ਦੀ ਗਿਣਤੀ ਆ ਉਹ 900 ਦੇ ਲਾਗੇ ਛਾਗੇ ਸੀਗੀ, ਅਤੇ ਇਸੇ ਤਰ੍ਹਾਂ ਕੁਬੈਕ ਦੇ ਵਿੱਚ ਵੀ 800 ਤੋਂ ਉੱਪਰ ਜਿਹੜੇ ਆ ਲੋਕ ਕਰੋਨਾ ਤੋਂ ਪੀੜਿਤ ਸੀਗੇ। ਪਰ ਹੁਣ ਜਿਹੜਾ ਆ ਲੋਕਾਂ ਨੂੰ ਸ਼ਾਇਦ ਜੀਣਾ ਆ ਗਿਆ ਜੀ ਨਾਲ ਕਰੋਨਾ ਦੇ, ਬਹੁਤ ਸਾਰੇ ਜਿਹੜੇ ਕੇਸ ਹੁੰਦੇ ਆ ਅਤੇ ਉਸ ਤੋਂ ਬਾਅਦ ਉਹ ਕੇਸ ਜਿਹੜੇ ਸਹੀ ਹੋ ਜਾਂਦੇ ਆ। ਜਿਹੜੇ ਮੌਤਾਂ ਦੀ ਗਿਣਤੀ ਹੈਗੀ ਆ ਉਹ ਕਾਫੀ ਜਿਹੜੀ ਆ ਘੱਟ ਗਈ ਆ, ਹਾਲਾਂਕਿ ਵੈਕਸੀਨ ਕੋਈ ਵੀ ਨਹੀਂ ਆਇਆ, ਪਰ ਫਿਰ ਵੀ ਲੋਕ ਸਾਵਧਾਨੀਆਂ ਰੱਖ ਕੇ ਜਾਂ ਕਹਿ ਲਓ ਕੁਦਰਤੀ ਉੱਤੇ ਇਹ ਜਿਹੜਾ ਹੈਗਾ ਵਾਇਰਸ ਹੈ ਸ਼ਾਇਦ ਇਹ ਕਮਜ਼ੋਰ ਹੋ ਗਿਆ ਆ, ਪਰ ਮੌਤਾਂ ਦੀ ਗਿਣਤੀ ਵੱਲੋਂ ਕਾਫੀ ਜਿਹੜਾ ਜੀ ਉਹ ਬਚਾਅ ਹੈਗਾ। ਅੱਛਾ, ਵੇਵਸ ਦਾ ਕੀ ਹਿਸਾਬ ਕਿਤਾਬ ਆ ਜੀ? ਇਹਦਾ ਇੰਨਾ ਪਤਾ ਹੁੰਦਾ ਵੀ ਕਿੰਨੀਆਂ ਆਉਣੀਆਂ? ਜਿੱਦਾਂ ਹੁਣ ਕਹਿੰਦੇ ਦੂਜੀ ਚੱਲਦੀ ਆ, ਜਾਂ ਤਾਂ ਕਰੋਨਾ ਸ਼ੁਰੂ ਹੋ ਗਿਆ ਵੀ ਐਂਡ ਤੱਕ ਚੱਲੀ ਹੀ ਜਾਂਦਾ, ਇਹਦਾ ਕੀ ਹਿਸਾਬ ਆ? ਵੈਸੇ ਤਾਂ ਜਿਹੜਾ ਜੀ ਇਹਦੇ ਬਾਰੇ ਵਿਗਿਆਨੀ ਜਿਹੜੇ ਅੱਡ ਅੱਡ ਰਾਵਾਂ ਦੇ ਰਹੇ ਆ, ਜਿਹੜਾ ਕੋਵਿਡ ਹੁਣ ਆਇਆ ਹੋਇਆ ਇਹ ਕੋਵਿਡ-19 ਇਹਨੂੰ ਕਹਿੰਦੇ ਆ, ਕਿਉਂਕਿ 2019 ਦੇ ਵਿੱਚ ਜਿਹੜਾ ਆਇਆ ਸੀਗਾ ਜੀ। ਸੋ ਜਿਹੜਾ ਕੋਵਿਡ 2020 ਦੇ ਵਿੱਚ ਆਇਆ ਹੈਗਾ, ਆਉਣਾ ਚਾਹੀਦਾ ਸੀਗਾ, ਉਹਦਾ ਕਹਿੰਦੇ ਸੀਗੇ DNA ਸਟਰਕਚਰ ਹੀ ਡਿਫਰੈਂਟ ਹੋਣਾ ਸੀਗਾ, ਜਿਹੜੀਆਂ ਪਹਿਲੀਆਂ ਗੱਲਾਂ ਇਹ ਕਰਦੇ ਸੀਗੇ, ਪਰ ਹਾਲੇ ਵੀ ਇਹ ਕੋਵਿਡ-19 ਹੀ ਕਹਿ ਰਹੇ ਆ। ਹੁਣ ਇਹ ਨਹੀਂ ਪਤਾ ਵੀ ਕੋਵਿਡ-20 ਬਣਿਆ ਨਹੀਂ ਹੈਗਾ, ਜਿਹੜਾ ਕੋਵਿਡ-19 ਆ ਉਹਦਾ ਉਹੀ DNA ਸਟਰਕਚਰ ਚੱਲ ਰਿਹਾ ਜਾਂ ਇਹ ਚੇਂਜ ਹੋ ਗਿਆ ਆ। ਸੋ ਬਹੁਤ ਹੀ ਕੰਪਲੀਕੇਟਡ ਜਿਹੀਆਂ ਗੱਲਾਂ ਹੈਗੀਆਂ ਇਹਦੇ ਬਾਰੇ, ਜਿੰਨੇ ਕਹਿ ਲਓ ਵੀ ਗੱਲਾਂ ਹੈਗੀਆਂ ਅਸਲ ਗੱਲ ਜਿਹੜੀ ਆ ਉਹ ਕਿਸੇ ਨੂੰ ਨਹੀਂ ਸ਼ਾਇਦ ਪਤਾ ਹੈਗੀ। ਹਰੇਕ ਵਿਗਿਆਨੀ ਦੇ ਹਰੇਕ ਜਿਹੜੀ ਆ ਮਾਹਰ ਦੀ ਗੱਲ ਇੱਕ ਦੂਜੇ ਨੂੰ ਕਾਟ ਕਰਦੀ ਆ, ਕੋਈ ਕੁਛ ਕਹਿ ਰਿਹਾ, ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਇਹ ਕਰੋਨਾ ਜਿਹੜਾ ਇੱਕ ਬੰਦੇ ਨੂੰ ਇੱਕ ਵਾਰੀ ਜ਼ਿੰਦਗੀ 'ਚ ਹੁੰਦਾ, ਹਾਂਜੀ, ਉਸ ਤੋਂ ਬਾਅਦ ਜਿਹੜੀ ਉਹਦੀ ਬੋਡੀ ਹੈਗੀ ਆ ਉਹ ਆਟੋਮੈਟਿਕਲੀ ਐਂਟੀਬੋਡੀਜ਼ ਤਿਆਰ ਕਰ ਦਿੰਦੀ ਆ ਅਤੇ ਮੁੜ ਕੇ ਉਹਨੂੰ ਕਰੋਨਾ ਜਿਹੜਾ ਹੁੰਦਾ ਨਹੀਂ। ਹੁਣ ਅਮਰੀਕਾ ਦੇ ਵਿੱਚ ਕਈ ਕੇਸ ਇਹੋ ਜਿਹੇ ਆ ਕਿ ਬੰਦੇ ਨੂੰ ਦੂਜੀ ਵਾਰ ਹੋ ਗਿਆ ਜੀ। ਸੋ ਇਹ ਗੱਲ ਜਿਹੜੀ ਆ ਜੀ ਉਹ ਰੱਬੇ ਜਾਣਦਾ ਇਹਦੇ ਬਾਰੇ, ਜਾਂ ਵਿਗਿਆਨੀ ਕਹਿ ਸਕਦੇ ਹਾਂ ਜਾਂ ਖੁਦ ਕਰੋਨਾ ਜਾਣਦਾ ਹੋ ਸਕਦਾ, ਪਰ ਇਹਦਾ ਅਸਲੀ ਭੇਤ ਜਿਹੜਾ ਹਜੇ ਤੱਕ ਕਿਸੇ ਕੋਲ ਪਿਆ ਨਹੀਂ ਹੈਗਾ। ਅਤੇ ਵੈਕਸੀਨ ਦੀ ਵੀ ਗੱਲ ਜਿਹੜੀ ਆ ਉਹ ਜਿੰਨਾ ਚਿਰ ਵੈਕਸੀਨ ਆ ਕੇ ਕਾਮਯਾਬ ਨਹੀਂ ਹੋ ਜਾਂਦਾ, ਲੱਗ ਕੇ ਪੱਕਾ ਪਤਾ ਨਹੀਂ ਲੱਗ ਜਾਂਦਾ, ਉਹਨਾਂ ਚਿਰ ਕੁਛ ਕਹਿ ਨਹੀਂ ਸਕਦੇ ਹੈਗੇ। ਅਤੇ ਜਿਵੇਂ ਇਹ ਵੀ ਡਰਾ ਰਹੇ ਆ ਕਿ ਤੁਸੀਂ ਕਹਿੰਦੇ ਸੈਕਿੰਡ ਵੇਵ, ਥਰਡ ਵੇਵ ਜਾਂ ਫੋਰਥ ਵੇਵ ਦੀ ਗੱਲ, ਕੀ ਪਤਾ ਕਰੋਨਾ-19 ਦੀ ਸੈਕਿੰਡ ਵੇਵ ਜਿਹੜੀ ਆ ਖਤਮ ਹੋ ਜਾਵੇ, ਬਾਅਦ ਵਿੱਚ ਕਹਿ ਦਿੰਦੇ ਹੁਣ ਇਹ ਕਰੋਨਾ-20 ਜਾਂ ਕਰੋਨਾ-21 ਆ ਗਿਆ ਜੀ, ਇਹੋ ਇਹਦੇ ਵਾਸਤੇ ਹੁਣ ਫੇਰ ਕੁਛ ਕਰਨਾ ਪੈਣਾ ਆ। ਸੋ ਬੜੀ ਜਿਹੜੀ ਕਿ ਇਹੋ ਜਿਹੀ ਸਥਿਤੀ ਬਣੀ ਹੋਈ ਆ ਜਿਹਦੇ ਬਾਰੇ ਕੁਛ ਵੀ ਕਹਿਣਾ ਜਿਹੜਾ ਆ ਉਹ ਬਹੁਤਾ ਸਹੀ ਨਹੀਂ ਹੈਗਾ।
ਭਾਰਤ ਦੇ ਵਿੱਚ ਕਹਿੰਦੇ ਕਾਫੀ ਹਾਲਤ ਠੀਕ ਹੋ ਗਈ ਆ, ਕਿਤੇ 97-98 ਹਜ਼ਾਰ ਆਉਂਦੇ ਸੀ, ਹੁਣ 50-60 ਹਜ਼ਾਰ ਰਹਿ ਗਏ। ਹਾਂਜੀ, ਕਰੋਨਾ ਦੀ ਜਿਹੜੀ ਹੈ ਗਿਣਤੀ ਜਿਹੜੀ ਹੈ ਉਹ ਵੀ ਕੰਟਰੋਲ ਹੋਈ ਹੈ, ਮੌਤਾਂ ਦੀ ਗਿਣਤੀ ਹਰੇਕ ਥਾਂ ਕੰਟਰੋਲ ਹੋਈ ਆ। ਅੱਛਾ ਜੀ, ਤੁਸੀਂ ਦੇਖੋ ਵੀ ਅਮਰੀਕਾ ਦੇ ਵਿੱਚ ਵੀ ਜਿਸ ਰੇਸ਼ੋ ਦੇ ਨਾਲ ਪਹਿਲਾਂ ਮੌਤਾਂ ਹੋ ਰਹੀਆਂ ਸੀਗੀਆਂ ਉਹ ਹੁਣ ਅੱਗੇ ਵਾਲੀ ਜਿਹੜੀ ਹੈ ਦਰ ਹੈ ਨੀਗੀ। ਅਤੇ ਕੈਨੇਡਾ ਵਿੱਚ ਤੁਸੀਂ ਦੇਖ ਲਓ, ਈਵਨ ਇਟਲੀ ਦੇ ਵਿੱਚ, ਲੰਡਨ ਦੇ ਵਿੱਚ, ਰੂਸ ਦੇ ਵਿੱਚ, ਭਾਰਤ ਵਿੱਚ ਕਿਤੇ ਵੀ ਉਹ ਗੱਲ ਹੈ। ਨਿਊਯਾਰਕ 'ਚ ਹੋਈਆਂ ਸੀ। ਹਾਂਜੀ, ਹੁਣ ਪੰਜਾਬ ਦੇ ਵਿੱਚ ਤਾਂ ਹੈਰਾਨੀ ਬਹੁਤ ਹੁੰਦੀ ਹੈ ਜੀ ਕਿ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਜਿੰਨਾ ਚਿਰ ਤਾਂ ਲੋਕ ਘਰਾਂ ਦੇ ਵਿੱਚ ਤਾੜੇ ਰੱਖੇ, ਲੋਕਡਾਊਨ ਰੱਖਿਆ, ਉਦੋਂ ਕਰੋਨਾ ਵੱਧਦਾ ਰਿਹਾ। ਜਦੋਂ ਕਿਸਾਨ ਆ ਕੇ ਰੇਲਾਂ ਦੀਆਂ ਪਟੜੀਆਂ 'ਤੇ ਬਹਿ ਗਏ, ਆ ਕੇ ਪਲਾਜ਼ੇ ਜਾਮ ਕਰਤੇ, ਸ਼ੋਪਿੰਗ ਮਾਲਾਂ ਦੇ ਮੂਹਰੇ ਆ ਕੇ ਬਹਿ ਗਏ, ਹੁਣ ਕਰੋਨਾ ਜਿਹੜਾ ਹੈ ਜੀ ਉਹ ਘਟਣ ਲੱਗ ਪਿਆ। ਸੋ ਇਸੇ ਕਰਕੇ ਜਿਹੜੇ ਆ ਉਹ ਸਕੂਲ ਵੀ ਦੁਬਾਰਾ ਖੋਲ੍ਹੇ ਗਏ ਆ ਜੀ, ਅੱਗੇ ਬਹੁਤ ਚਿਰ ਹੁਣ ਬੰਦ ਰਹਿ ਗਏ, ਬੱਚੇ ਜਿਹੜੇ ਆ ਪੜ੍ਹ ਲੈਣ। ਸੋ ਸਮਝ ਤੋਂ ਬਾਹਰ ਗੱਲਾਂ ਨੇ ਜੀ ਇਹ। ਜੀ, ਅੱਜ BC ਦੇ ਵਿੱਚ ਲੀਡਰਾਂ ਨੇ ਕੀ ਵਾਅਦੇ ਜਾਂ ਲਾਰੇ ਕੀ ਕੀਤਾ ਜੀ? ਵਾਅਦੇ ਜਿਹੜੇ ਆ ਜੀ, ਕੁਝ ਵਾਅਦੇ ਵਫਾ ਹੋਏ ਆ, ਕੁਝ ਵਾਅਦੇ ਨਵੇਂ ਕੀਤੇ ਗਏ ਆ। ਵਾਅਦਿਆਂ ਦੀ ਗੱਲਬਾਤ ਸਿਟੀ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਟੀ ਆਫ ਸਰੀ ਨੇ ਚੋਣਾਂ ਦੇ ਵਿੱਚ ਸੇਫ ਸਰੀ ਕੋਲੀਸ਼ਨ ਵੱਲੋਂ ਵਾਅਦਾ ਕੀਤਾ ਗਿਆ। ਅੱਜ 2 ਸਾਲ ਹੋ ਗਏ ਜੀ ਉਹਨਾਂ ਨੂੰ ਇਲੈਕਟ ਹੋਇਆ ਨੂੰ। ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਵੀ ਅਸੀਂ ਜਿਹੜਾ ਨਿਊਟਨ ਲਈ ਕੁਛ ਕਰਾਂਗੇ, ਕਿਉਂਕਿ ਨਿਊਟਨ ਜਿਹੜਾ ਆ ਉਹਨੂੰ ਕਾਫੀ ਇਗਨੋਰ ਕੀਤਾ ਗਿਆ। ਨਿਊਟਨ ਦੇ ਲੋਕ ਇਹ ਜਿਹੜੇ ਦੋਸ਼ ਲਾਉਂਦੇ ਆ, ਖੁਦ ਜਿਹੜੇ ਸਿਆਸਤਦਾਨ ਆ ਉਹ ਵੀ ਇਸ ਗੱਲ ਨੂੰ ਮੰਨਦੇ ਆ। ਅਤੇ ਹੁਣ ਇੱਕ ਨਿਊਟਨ ਦੇ ਗੜ੍ਹ ਦੇ ਵਿੱਚ ਜੀ ਇੱਕ ਥਾਂ ਤਕਰੀਬਨ 7.25 ਏਕੜ ਜਿਹੜੀ ਆ ਉਹ ਅੱਜ ਐਲਾਨ ਕਰ ਦਿੱਤਾ ਸਿਟੀ ਆਫ ਸਰੀ ਨੇ ਵੀ ਇਹ ਅਸੀਂ ਆਪਣੇ ਕਬਜ਼ੇ ਥੱਲੇ ਲੈ ਲਈ ਹੈ, ਯਾਨੀ ਕਿ ਮਾਲਕ ਹੁਣ ਉਹ ਬਣ ਗਏ ਆ ਜੀ। ਸੋ ਇਹ ਕਾਫੀ ਬਹੁਤ ਹੀ ਪ੍ਰੋਪਰ ਲੈਂਡ ਆ। ਕਿੰਗ ਜੋਰਜ ਬੁਲੇਵਾਰਡ ਅਤੇ 70 Avenue ਦੇ ਉੱਤੇ ਰੋਨਾ ਸਟੋਰ ਹੁੰਦਾ ਸੀਗਾ, ਉਹਦੇ ਨਾਲ ਕੁਝ ਲੋਟਾਂ ਖਾਲੀ ਪਈਆਂ ਸੀਗੀਆਂ, ਉਹ ਸਾਰੀਆਂ ਨੂੰ ਜਿਹੜਾ ਇਕੱਠਾ ਕਰ ਲਿਆ ਗਿਆ ਜੀ। ਹੁਣ ਜਿਹੜੇ ਐਲਾਨ ਇਹ ਕੀਤਾ ਗਿਆ ਇੱਥੇ ਇੱਕ ਕਮਿਊਨਿਟੀ ਸੈਂਟਰ ਬਣੂਗਾ, ਜਿਸ ਕਮਿਊਨਿਟੀ ਸੈਂਟਰ ਵਿੱਚ ਸਵਿਮਿੰਗ ਪੂਲ, ਐਕਸਰਸਾਈਜ਼ ਰੂਮ, ਜਿਮ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਦੇ ਮੈਦਾਨ ਜਿਵੇਂ ਕਿ ਰੈਸਲਿੰਗ ਵਾਸਤੇ, ਵਾਲੀਬਾਲ ਲਈ, ਬਾਸਕਟਬਾਲ ਲਈ, ਅਜਿਹੀਆਂ ਚੀਜ਼ਾਂ ਹੋਣਗੀਆਂ। ਜਿਹੜੇ ਹੁਣ ਤੱਕ ਸਿਟੀ ਹਾਲ ਸਿਟੀ ਦੇ ਵਿੱਚ ਸਰੀ ਦੇ ਵਿੱਚ ਜਿਹੜੇ ਬਹੁਤੇ ਕਮਿਊਨਿਟੀ ਸੈਂਟਰ ਬਣੇ ਹੋਏ ਆ ਉਹ 3-4 ਏਕੜ ਦੇ ਰਕਬੇ 'ਚ ਬਣੇ ਹੋਏ ਆ ਜੀ। ਅੱਛਾ, ਸੋ ਇਹ 7-7.25 ਏਕੜ ਦੇ ਵਿੱਚ ਜਿਹੜਾ ਰਕਬੇ 'ਚ ਬਣਨਾ ਇਹ ਕਾਫੀ ਵੱਡਾ ਹੋ ਜਾਣਾ ਜੀ। ਸੋ ਆਸਾਂ ਬੜੀਆਂ ਹੈਗੀਆਂ, ਪਰ ਗੱਲ ਹੈਗੀ ਹੈ ਕਿ ਸਿਟੀ ਆਫ ਸਰੀ ਨੇ ਹੁਣ ਇਹ ਜਗ੍ਹਾ ਲੈ ਰਹੀ, ਕਾਫੀ ਮਹਿੰਗੀ ਖਰੀਦੀ ਹੋਊਗੀ, ਕਿਉਂਕਿ ਇੱਥੇ ਇਸ ਰਕਬੇ ਦੇ ਵਿੱਚ, ਇਸ ਏਰੀਏ ਦੇ ਵਿੱਚ 3-4 million ਤੋਂ ਘੱਟ ਨੂੰ ਏਕੜ ਹੈ ਨੀਗਾ ਜੀ। ਅੱਛਾ ਜੀ, ਹਾਂਜੀ। ਅਤੇ ਹੁਣ ਇਹਦੇ ਵਾਸਤੇ ਫੰਡਿੰਗ ਜਿਹੜੀ ਐਲੋਕੇਟ ਹੋਊਗੀ ਕਿ ਸਿਟੀ ਆਫ ਸਰੀ ਜਿਹੜੀ ਆ ਉਹਨੇ ਇਹਦੇ ਉੱਤੇ ਜਦੋਂ ਉਸਾਰੀ ਕਰਨੀ ਆ, ਕਿੰਨੀ ਤਰੀਕ ਨੂੰ ਸ਼ੁਰੂ ਕਰਨੀ ਆ, ਕਦੋਂ ਖਤਮ ਕਰਨੀ, ਕਿੰਨੇ ਪੈਸੇ ਲੱਗਣੇ ਆ। ਪਰ ਹੁਣ ਗੱਲ ਸੋਚਣ ਵਾਲੀ ਜਿਹੜੀ ਮੁੱਦਾ ਚੱਕਣ ਵਾਲਾ ਉਹ ਇਹ ਆ ਕਿ ਸਿਟੀ ਨੇ ਆਪਣਾ ਫਰਜ਼ ਨਿਭਾ ਦਿੱਤਾ। ਜਿਹੜੇ ਇਹ ਮੇਅਰ ਡੱਗ ਮੁਕੱਲਮ ਸੀ ਜਾਂ ਉਹਨਾਂ ਦੇ ਸਾਥੀ ਕੌਂਸਲਰ ਸੀਗੇ, ਉਹਨਾਂ ਨੇ ਜੋ ਚੋਣ ਵਾਅਦਾ ਕੀਤਾ ਸੀ ਉਹ ਨਿਭਾ ਦਿੱਤਾ। ਪਰ ਸਾਡੇ ਸੁਣ ਸੁਣ ਕੰਨ ਪੱਕ ਗਏ ਕਿ ਅਸੀਂ ਜਿਹੜੇ ਸਾਡੇ MLA ਸਾਹਿਬ ਨੇ ਹੈਰੀ ਬੈਂਸ ਹੋਣੀ ਮੁੜ ਕੇ ਵੀ ਚੋਣਾਂ ਵਿੱਚ ਖੜ੍ਹੇ ਆ, ਅਤੇ ਉਸ ਤੋਂ ਬਾਅਦ ਸਾਡੇ MP ਨੇ ਸੁੱਖ ਧਾਲੀਵਾਲ ਹੋਣੀ, ਉਹ ਵੀ ਮੈਂ ਨਿਊਟਨ ਲਈ ਕੁਛ ਕਰੂੰਗਾ, ਮੈਂ ਕੁਛ ਕਰੂੰਗਾ। ਸੁਣਦਿਆਂ ਸੁਣਦਿਆਂ ਬੁੜੇ ਹੋ ਚੱਲੇ, ਦਾੜੀ 'ਚ ਧੌਲੇ ਆ ਗਏ, ਹੋਇਆ ਕੁਛ ਨਹੀਂ ਇਹਨਾਂ ਕੋਲੋਂ, ਵੀ ਕੁਝ ਦਿਸਿਆ ਹੋਵੇ ਵੀ ਨਿਊਟਨ ਦੇ ਵਾਸਤੇ ਇਹਨਾਂ ਕੀਤਾ ਕੀ ਆ। ਸੋ ਇਹਨਾਂ ਦੋਹਾਂ ਸ਼ਖਸੀਅਤਾਂ ਨੂੰ ਹੁਣ ਬੇਨਤੀ ਵੀ ਹੈ, ਇਹਨਾਂ ਕੋਲ ਮੌਕਾ ਵੀ ਹੈ ਹੁਣ ਇੱਕ, ਵੀ ਇਹ ਜੇ ਹੁਣ ਕੁਛ ਕਰਕੇ ਦਿਖਾ ਸਕਦੇ ਆ। ਹੁਣ ਥਾਂ ਅੱਗੇ ਤਾਂ ਰੌਲਾ ਸੀਗਾ, ਥਾਂ ਹੈ ਨਹੀਂ ਗੀ, ਬਣਾ ਕਿੱਥੇ ਦਈਏ, ਥਾਂ ਹੀ ਹੈ ਨਹੀਂ ਗੀ ਨਿਊਟਨ ਦੇ ਵਿੱਚ। ਤਾਂ ਹੁਣ ਥਾਂ ਲੈ ਕੇ ਅਗਲਿਆਂ ਨੇ ਉਹ ਵੀ ਪੂਰੀ ਖੁੱਲ੍ਹੀ ਸਿਟੀ ਦੇ ਐਨ ਮੱਧ ਦੇ ਵਿੱਚ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਹੁਣ ਇਹਨਾਂ ਦਾ ਫਰਜ਼ ਬਣਦਾ ਵੀ ਇਹ ਜਿੱਦਾਂ ਪੰਜਾਬੀ 'ਚ ਕਹਿੰਦੇ ਪੂਛ ਤੜਾ ਦੇਣ ਪੂਰੀ ਜਾ ਕੇ, ਇੱਕ ਜਣਾ ਓਟਵਾ ਦੇ ਵਿੱਚ, ਦੂਜਾ ਜਣਾ ਵਿਕਟੋਰੀਆ ਦੇ ਵਿੱਚ, ਵੀ ਭਾਈ ਫੰਡਿੰਗ ਦਿਓ, ਅਸੀਂ ਬਹੁਤ ਪਿੱਛੇ ਰਹਿ ਗਏ ਹਾਂ, ਅਸੀਂ ਹੁਣ ਟੋਪ ਕਲਾਸ ਦੀ ਫੈਸਿਲਿਟੀ ਜਿਹੜੀ ਆ ਨਿਊਟਨ ਦੇ ਵਿੱਚ ਬਣਾਉਣੀ ਆ, ਤਾਂ ਕਿ ਅਸੀਂ ਜਿਹੜੇ ਲੋਕਾਂ ਨਾਲ ਇੰਨੇ ਚਿਰਾਂ ਤੋਂ ਵਾਅਦੇ ਪੂਰੇ ਕਰ ਰਹੇ ਹਾਂ ਉਹ ਪੂਰੇ ਹੋ ਸਕਣ ਜੀ। ਸੋ ਇਹਨਾਂ ਦੋਹਾਂ ਦੇ ਉੱਤੇ ਹੁਣ ਜ਼ਿੰਮੇਵਾਰੀ ਜਿਹੜੀ ਆਇਦ ਹੁੰਦੀ ਆ। ਮੈਂ ਇਹਦੇ ਬਾਰੇ ਇੱਕ ਟਵੀਟ ਵੀ ਕੀਤਾ ਸੀਗਾ ਸਵੇਰੇ, ਜਿਹਦੇ ਉੱਤੇ ਮੈਂ ਹੁਣ ਪੌੜੀਆਂ ਚੜ੍ਹਦਾ ਉੱਪਰ ਆਉਂਦਾ ਹੋਇਆ ਦੇਖ ਰਿਹਾ ਸੀਗਾ, ਉਹਦਾ ਜਵਾਬ ਸੁੱਖ ਧਾਲੀਵਾਲਾ ਉਹਨਾਂ ਨੇ ਦਿੱਤਾ। ਉਹਨਾਂ ਨੇ ਧੰਨਵਾਦ ਕੀਤਾ ਕਿ ਅਸੀਂ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਉਠਾਉਂਦੇ ਆ ਰਹੇ ਹਾਂ, ਅਤੇ ਉਹਨਾਂ ਨੇ ਵਾਅਦਾ ਕੀਤਾ, ਕਹਿੰਦੇ ਹਾਂ ਵੀ ਬਿਲਕੁਲ ਇਹ ਗੱਲ ਜਾਇਜ਼ ਹੈਗੀ ਆ, ਅਤੇ ਉਹ ਕਹਿੰਦੇ ਵੀ ਮੈਂ ਪੂਰਾ ਜ਼ੋਰ ਲਾਊਂਗਾ ਕਿ ਮੈਂ ਫੈਡਰਲ ਫੰਡਿੰਗ ਜਿਹੜੀ ਆ ਉਹ ਇਸ ਪਾਸੇ ਦੇ ਵਾਸਤੇ ਲੈ ਕੇ ਆਵਾਂ ਜੀ। ਜੀ, ਇਹ ਬਹੁਤ ਚੰਗੀ ਗੱਲ ਆ, ਨਿਊਟਨ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ। ਪਰ ਅੱਜ ਮੇਅਰ ਡੱਗ ਮੁਕੱਲਮ ਹੁਣੀ ਇਹ ਵੀ ਕਿਹਾ ਵੀ NDP ਸਾਨੂੰ ਪੂਰਾ ਸਹਿਯੋਗ ਦੇ ਰਹੀ ਹੈ, ਸਾਨੂੰ ਜਿਹੜੇ ਡਿਫਰੈਂਟ ਲੈਵਲਸ ਆ ਗੌਰਮੈਂਟ ਦੇ ਉਹ ਕਦਮ ਚੱਕ ਰਹੇ ਅੱਗੇ। ਹਾਂ ਬਿਲਕੁਲ, ਇਹਦੇ ਵਿੱਚ ਇੱਕ ਮੈਂ ਹੋਰ ਗੱਲ ਐਡ ਕਰ ਦਿਆਂ, ਇੱਕ ਤਾਂ ਹਜੇ ਮੈਂ 2 ਵਾਅਦੇ ਤੁਹਾਨੂੰ ਹੋਰ ਕਰਾਉਣੇ ਇਹ 'ਤੇ ਬਣਾਇਆ, ਅਤੇ ਇੱਕ ਤਾਂ ਇਹਦੇ ਵਿੱਚ ਇਹ ਹੋ ਗਿਆ ਕਿ ਹੁਣ ਮੂਹਰੇ ਫੈਡਰਲ ਇਲੈਕਸ਼ਨਸ ਜਿਹੜੀਆਂ ਹੋਣ ਦੇ ਅਸਾਰ ਬਣ ਰਹੇ ਆ। ਹਾਂਜੀ, ਕਿਉਂਕਿ ਜਿਵੇਂ ਲੀਡਰਸ ਮੈਂ ਦੇਖ ਰਿਹਾ ਸੀ ਕੱਲ੍ਹ ਸੁੱਖ ਧਾਲੀਵਾਲ ਹੋਣਾ ਨੇ ਵੀ, ਰਣਦੀਪ ਸਰਾਏ ਹੋਣਾ ਨੇ ਵੀ ਪੋਸਟਾਂ ਪਾਈਆਂ ਸੀ ਫੇਸਬੁੱਕ 'ਤੇ, ਕੁਝ ਅੰਟਾਰੀਓ ਸਾਈਡ ਤੋਂ ਵੀ ਵਲੰਟੀਅਰਾਂ ਨੂੰ ਸ਼ਾਬਾਸ਼ੀ ਦੇਣ ਲੱਗੇ ਹੋਇਆ, ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਚੁਣਿਆ, ਉਹ ਤੋਂ ਲੱਗਦਾ ਹੁੰਦਾ ਵੀ ਸ਼ਾਇਦ ਇਹ ਕੰਮ ਗਰਮ ਹੋਣ ਲੱਗਾ। ਬਾਕੀ ਅੰਦਰੂਨੀ ਸੂਤਰਾਂ ਤੋਂ ਵੀ ਕੁਝ ਨਾ ਕੁਝ ਜਾਣਕਾਰੀ ਆ ਰਹੀ ਹੈ ਕਿ ਫੈਡਰਲ ਗੌਰਮੈਂਟ ਜਿਹੜੀ ਆ ਉਹ ਵੀ ਮਿਡ ਟਰਮ ਇਲੈਕਸ਼ਨ ਹੋ ਸਕਦੀਆਂ, MPs ਦੀਆਂ ਚੋਣਾਂ ਕੈਨੇਡਾ ਦੇ ਵਿੱਚ ਆ ਸਕਦੀਆਂ ਆ ਜੀ। ਸੋ ਉਹ ਉੱਧਰ ਨੂੰ ਵੀ
ਉਸ ਤੋਂ ਪਹਿਲਾਂ ਪਹਿਲਾਂ ਕੋਈ ਫੰਡਿੰਗ ਵਗੈਰਾ ਜੇ ਲੈ ਸਕਣ। ਇਹ ਮੈਂ ਇੱਕ ਵਾਰੀ ਫਿਰ ਪੁੱਛਣਾ ਚਾਹੁੰਦਾ, ਇੱਥੇ ਰੋਕਣਾ ਚਾਹੁੰਦਾ ਤੁਹਾਨੂੰ, ਇਹ ਐਨਡੀਪੀ ਵਾਂਗੂ ਜਿਹੜੇ ਲਿਬਰਲ ਆ ਉਹੀ ਕਾਲ ਕਰਨਗੇ ਫਿਰ ਇਲੈਕਸ਼ਨ? ਦੇਖੋ ਜੀ, ਅਗਾਂਹ ਹਜੇ ਪਤਾ ਲੱਗਣਾ ਵੀ ਕੌਣ ਕਰਦਾ, ਕਿਉਂਕਿ ਤਾਂ ਬਲੋਕ ਕੁਵਿਕ ਵਾਲਿਆਂ ਨੇ ਕਿਹਾ ਹੋਇਆ ਸੀਗਾ ਕਿ ਅਸੀਂ ਭਰੋਸੇ ਦਾ ਵੋਟ ਜਿਹੜਾ ਪਵਾਵਾਂਗੇ, ਉਹ ਕਾਲ ਕਰਦੇ ਆ, ਕੰਜ਼ਰਵੇਟਿਵ ਵਾਲੇ ਕਾਲ ਕਰਦੇ ਆ, ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਣੀ ਆ। ਲਿਬਰਲ ਵਾਲਿਆਂ ਦੇ ਹਜੇ ਤੱਕ ਤਾਂ ਕੋਈ ਚਾਂਸ ਲੱਗਦੇ ਨਹੀਂ, ਜੇ ਉਹਨਾਂ ਦੀ ਸਰਕਾਰ ਚੱਲੀ ਜਾਂਦੀ ਹੈ, ਐਨਡੀਪੀ ਸਹਿਯੋਗ ਦੇ ਰਹੀ ਆ ਵੀ ਉਹ ਆਪ ਕਾਲ ਕਰਨ, ਪਰ ਪਤਾ ਕੁਛ ਨਹੀਂ। ਸੂਬੇ ਵਿੱਚ ਆਪਾਂ ਦੇਖ ਲਿਆ ਵੀ ਐਨਡੀਪੀ ਨੇ ਆਪਣੀ ਸਰਕਾਰ ਆਪ ਹੀ ਸੈੱਟ ਲਈ ਆ, ਪਰ ਦੇਖੋ ਫੈਡਰਲ ਦੇ ਵਿੱਚ ਕੀ ਹੁੰਦਾ, ਹੋ ਸਕਦਾ ਕਰਦੇ ਨੇ ਇੱਦਾਂ, ਪਰ ਜ਼ਿਆਦਾ ਚਾਂਸਿਸ ਆ ਕਿ ਕੰਜ਼ਰਵੇਟਿਵ ਵਾਲੇ ਜਾਂ ਬਲੋਕ ਕੁਵਿਕ ਵਾਲੇ ਕੋਈ ਮਤਾ ਲਿਆਉਣ ਭਰੋਸੇ ਦਾ, ਉਹਦੇ ਉੱਤੇ ਫਿਰ ਜਿਹੜੀ ਵੋਟਿੰਗ ਹੋਵੇ, ਉਹ ਵੋਟਿੰਗ ਦੇ ਵਿੱਚ ਹਾਰ ਜਾਣ, ਫਿਰ ਸਰਕਾਰ ਜਿਹੜੀ ਆ ਟੁੱਟ ਸਕਦੀ ਆ। ਬੈਕ ਟੂ ਆਪਾਂ ਉਹਨੇ ਵਾਅਦਿਆਂ ਵਾਲੇ ਜੀ, ਜੀ ਦੂਜਾ ਵਾਅਦਾ ਜੇ ਐਨਡੀਪੀ ਨੇ ਕੀਤਾ ਜੀ, ਉਹ ਐਨਡੀਪੀ ਕਹਿੰਦੇ ਵੀ ਅਸੀਂ ਬੀਸੀ ਦੇ ਵਿੱਚ ਸਾਊਥ ਏਸ਼ੀਅਨ ਮਿਊਜ਼ੀਅਮ ਬਣਾਵਾਂਗੇ ਜੀ। ਬਹੁਤ ਵਧੀਆ, ਇੱਕ ਚੀਨੀ ਭਾਈਚਾਰੇ ਦਾ ਮਿਊਜ਼ੀਅਮ ਜਿਹੜਾ ਉਹ ਬਣ ਚੁੱਕਾ ਆ। ਸਾਡਾ ਪਿਛਲੇ ਤਕਰੀਬਨ 125 ਸਾਲ ਦਾ ਇਤਿਹਾਸ ਆ ਬੀਸੀ ਦੇ ਵਿੱਚ, ਲੰਬਰ ਮਿੱਲਾਂ ਤੋਂ ਲੈ ਕੇ ਪਹਾੜਾਂ ਤੋਂ ਕੰਮ ਕਰਨ ਤੋਂ ਲੈ ਕੇ ਅੱਜ ਉੱਚ ਪੱਧਰ ਦੇ ਦਫ਼ਤਰਾਂ ਦੇ ਵਿੱਚ ਅਤੇ ਵਿਕਟੋਰੀਆ ਦੀ ਵਿਧਾਨ ਸਭਾ ਦੇ ਵਿੱਚ ਬੈਠੇ ਆ ਲੋਕ, ਮੀਡੀਆ ਦੇ ਵਿੱਚ ਬਹੁਤ ਵੱਡੀ ਵੱਡੀਆਂ ਸ਼ਖਸੀਅਤਾਂ ਬੈਠੀਆਂ ਆ। ਇੱਥੇ ਤੱਕ ਪਹੁੰਚਣ ਦੇ ਵਾਸਤੇ ਜਿਹੜਾ ਜੀ ਉਹ ਸਫ਼ਰ ਜਿਹੜਾ ਬਹੁਤ ਲੰਮਾ ਸੀਗਾ, ਬਹੁਤ ਦੁਸ਼ਵਾਰੀਆਂ ਸੀਗੀਆਂ, ਉਹ ਦੁਸ਼ਵਾਰੀਆਂ ਕੀ ਸੀਗੀਆਂ, ਔਕੜਾਂ ਭਰੇ ਰਾਹ ਕਿਹੋ ਜਿਹੇ ਸੀਗੇ, ਸਰ ਕਿਵੇਂ ਕੀਤੇ, ਕਿਹਨਾਂ ਨੇ ਸਰ ਕੀਤੇ, ਇੱਥੇ ਤੱਕ ਪਹੁੰਚਾਉਣ ਲਈ ਸਾਡੇ ਬਜ਼ੁਰਗ ਕਿਹੜੇ ਕਿਹੜੇ ਸੀਗੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਬਹੁਤ ਡਾਟਾ ਹੈਗਾ ਜੀ, ਦਸਤਾਵੇਜ਼ ਹੈਗੇ ਆ, ਜਿਹਦੇ ਵਾਸਤੇ ਇਹ 1.14 ਮਿਲੀਅਨ ਪਹਿਲਾਂ ਹੀ ਐਨਡੀਪੀ ਜਿਹੜੀ ਆ ਉਹ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਨਾਲ ਸੰਬੰਧਿਤ ਇੱਕ ਸੰਸਥਾ ਨੂੰ ਦੇ ਚੁੱਕੀ ਆ ਵੀ ਆਪਣਾ ਡਾਟਾ ਇਕੱਠਾ ਕਰਨਾ ਸ਼ੁਰੂ ਕਰੋ ਜੀ। ਉਹ ਫਿਰ ਜਿਹੜਾ ਸਾਰਾ ਡਾਟਾ ਹੋਊਗਾ ਜੀ, ਉਹ ਫਿਰ ਇਹ ਮਿਊਜ਼ੀਅਮ ਦੇ ਵਿੱਚ ਜਿਹਦੇ ਵਿੱਚ ਰੱਖਿਆ ਜਾਊਗਾ, ਜਿਵੇਂ ਕਿ ਤਸਵੀਰਾਂ ਹੋਣਗੀਆਂ, ਵੀਡੀਓਜ਼ ਵੀ ਹੋ ਸਕਦੀਆਂ, ਕੁਝ ਹੋਰ ਪੁਰਾਣੇ ਦਸਤਾਵੇਜ਼ ਹੋ ਸਕਦੇ ਆ, ਸਟੋਰੀਜ਼ ਜਿਹੜੀਆਂ ਹੋ ਸਕਦੀਆਂ, ਲੋਕ ਹੁਣ ਕਿਸੇ ਕੋਲ ਦਸਤਾਵੇਜ਼ ਹੈ ਨਹੀਂ ਪਰ ਉਹਨਾਂ ਨੇ ਕਹਾਣੀ ਕੋਈ ਹੈਗੀ, ਉਹਨਾਂ ਦੇ ਕੋਲ ਕੋਈ ਪੁਰਾਣੇ ਕੋਈ ਬਜ਼ੁਰਗ ਹੈਗੇ ਆ ਦੱਸਣ ਦੇ ਵਾਸਤੇ, ਸੋ ਇਹੋ ਜਿਹੀ ਗੱਲ ਜਿਹੜੀ ਮਿਊਜ਼ੀਅਮ ਦੇ ਵਿੱਚ ਰੱਖੀ ਜਾ ਸਕਦੀ ਹੈ, ਕਿ ਇਹ ਸਟੈਪ ਹੋਇਆ ਜੀ। ਤੀਜਾ, ਬੀਸੀ ਲਿਬਰਲ ਪਾਰਟੀ ਨੇ ਇੱਕ ਹੋਰ ਬਿਆਨ ਜਾਰੀ ਕਰਕੇ ਕਿਹਾ ਵੀ ਜੇ ਅਸੀਂ ਸਰੀ ਦੇ ਵਿੱਚ, ਜੇ ਅਸੀਂ ਬੀਸੀ ਦੇ ਵਿੱਚ ਦੁਬਾਰਾ ਸਰਕਾਰ ਬਣਾ ਜਾਂਦੇ ਹਾਂ ਤਾਂ ਦਫ਼ਤਰ ਦਾ ਚਾਰਜ ਸੰਭਾਲਣ ਦੇ 60 ਦਿਨਾਂ ਦੇ ਵਿੱਚ 2 ਮਹੀਨਿਆਂ ਦੇ ਅੰਦਰ ਅੰਦਰ ਰੈਫਰੈਂਡਮ ਦੀ ਤਰੀਕ ਐਲਾਨ ਦੇਵਾਂਗੇ ਵੀ ਪੁਲਿਸ ਦੀ ਜਿਹੜੀ ਆ ਰੈਫਰੈਂਡਮ ਬਦਲੀ ਬਾਰੇ ਹੋਣਾ ਆ ਵੀ ਉਹ ਕਿੰਨੀ ਤਰੀਕ ਨੂੰ ਹੋਣਾ, ਤਾਂ ਜੀ ਸਵਾਲ ਜਿਹੜਾ ਹੋਊਗਾ ਰੈਫਰੈਂਡਮ ਦੀ ਬਦਲੀ ਬਾਰੇ ਉਹ ਕਿਹੜਾ ਹੋਊਗਾ ਜੀ। ਸੋ ਉਹ ਪੁਸ਼ ਕਰ ਰਹੇ ਆ ਲਗਾਤਾਰ ਇਹ ਰੈਫਰੈਂਡਮ ਵੱਲ ਨੂੰ, ਕਿਉਂਕਿ ਜਿਹੜੀ ਸਾਊਥ ਸਰੀ ਦੀ ਜਿਹੜੀ ਆ ਸੀਟ ਜਿਹਨੂੰ ਕਿ ਪਹਿਲਾਂ ਸੇਫ ਸੀਟ ਸਮਝ ਰਹੇ ਸੀਗੇ, ਜਿਹਦੇ ਕਰਕੇ ਇਹ ਸਾਰਾ ਪ੍ਰਪੰਚ ਰਚਿਆ ਗਿਆ ਸੀਗਾ, ਉਹ ਜਿਹੜੀ ਆ ਸੀਟ ਹੁਣ ਡਾਵਾਂਡੋਲ ਹੋਈ ਹੋਈ ਹੈ ਜੀ, ਉੱਥੇ ਮੁਕਾਬਲਾ ਸਖਤ ਹੋ ਗਿਆ ਆ। ਸੋ ਸਾਊਥ ਸਰੀ ਵਾਲਿਆਂ ਦੇ ਲੋਕਾਂ ਨੂੰ ਹੋਰ ਖੁਸ਼ ਕਰਨ ਦੇ ਵਾਸਤੇ ਇੱਕ ਵਾਰੀ ਫਿਰ ਵੱਡਾ ਬਿਆਨ ਦੇ ਦਿੱਤਾ ਵੀ ਇਸ ਤਾਂ ਤੁਸੀਂ ਸਰਕਾਰ ਬਣਾ ਦਿਓ, ਇਸ ਤਾਂ ਜਲਦੀ ਕਰ ਦੇਣਾ ਜੀ, 60 ਦਿਨਾਂ ਦੇ ਵਿੱਚ ਇਹ ਕਰ ਦਾਂਗੇ। ਅਤੇ ਜਿਹੜਾ ਨਾਲ ਦਲੀਲ ਦਿੱਤੀ ਗਈ ਉਹ ਕਹਿੰਦੇ ਵੀ ਗੈਂਗਵਾਰ ਜਿਹੜੀ ਆ ਸਰੀ ਦੇ ਵਿੱਚ ਬਹੁਤ ਵੱਧ ਗਈ ਆ, ਅਤੇ ਇਹ ਮੌਕਾ ਜਿਹੜਾ ਸਹੀ ਨਹੀਂ ਹੈਗਾ ਪੁਲਿਸ ਬਦਲੀ ਦੇ ਵਾਸਤੇ, ਲੋਕਾਂ ਦੀ ਸੁਣਨੀ ਚਾਹੀਦੀ ਆ। ਹੁਣ ਸਵਾਲ ਜਿਹੜਾ ਇੱਥੇ ਇਹ ਬਣਦਾ ਆ ਵੀ ਜੇ ਗੈਂਗਵਾਰ ਰੁਕੀ ਕਦੋਂ ਸੀਗੀ, ਇਹ ਗੈਂਗਵਾਰ ਦੀ ਪ੍ਰੋਬਲਮ ਕਰਕੇ ਤਾਂ ਪੁਲਿਸ ਜਿਹੜੀ ਆ ਉਹ ਬਦਲਣ ਲਈ ਲੋਕ ਮੰਗ ਕਰ ਰਹੇ ਆ, ਅਤੇ ਜੇ ਗੈਂਗਵਾਰ ਹੁੰਦੀ ਨਾ ਤਾਂ ਫਿਰ ਪੁਲਿਸ ਬਦਲਣ ਦੀ ਕੀ ਲੋੜ ਆ। ਸੋ ਕੋਈ ਬੰਦਾ ਕਿਸੇ ਦੇ ਘਰੇ ਗਿਆ, ਉੱਥੇ ਬਲਦ ਬੰਨਿਆ ਸੀਗਾ ਮੂਹਰੇ, ਅਤੇ ਉਹਨੂੰ ਪੁੱਛਣ ਲੱਗਾ, ਕਹਿੰਦਾ ਕਹਿੰਦਾ ਮਾਤਾ ਕਹਿੰਦਾ ਬਲਦ ਮਾਰਦਾ ਤਾਂ ਨਹੀਂ ਹੈਗਾ, ਉਹ ਕਹਿੰਦੀ ਰੰਡੀ ਕਿਹਦੀ ਕੀਤੀ ਆ। ਸੋ ਜੇ ਗੈਂਗਵਾਰ ਵਾਲੇ ਨਾ ਹੁੰਦੀ ਤਾਂ ਸਾਨੂੰ ਪੁਲਿਸ ਬਦਲਣ ਦੀ ਲੋੜ ਕੀ ਸੀਗੀ, ਅਤੇ ਪੁਲਿਸ ਬਦਲਣ ਦੀ ਤਾਂ ਲੋੜ ਹੀ ਤਾਂ ਪਈ ਆ ਵੀ ਤੁਹਾਡੇ ਕੋਲ ਹੁੰਦਾ ਕੁਛ ਨਹੀਂ, ਜਿਹੜੀ ਮੌਜੂਦਾ ਪੁਲਿਸ ਮਾਡਲ ਆ, ਜਿਹੜਾ ਮੌਜੂਦਾ ਪੁਲਿਸ ਸਿਸਟਮ ਹੈ, ਇਹ ਫੇਲ ਹੋ ਗਿਆ। ਤਾਂ ਹੀ ਲੋਕ ਰੋਂਦੇ ਆ ਵੀ ਸਾਨੂੰ ਪੁਲਿਸ ਜਿਹੜੀ ਆ ਡੈਲਟਾ ਵਰਗੀ ਚਾਹੀਦੀ, ਵੈਨਕੂਵਰ ਵਰਗੀ ਚਾਹੀਦੀ ਆ, ਐਵਸੋਡ ਵਰਗੀ ਚਾਹੀਦੀ ਆ, ਜਿਹੜੀ ਪੈਂਦੀ ਆ ਟੁੱਟ ਟੁੱਟ ਕੇ ਗੈਂਗਸਟਰਾਂ ਨੂੰ। ਸੋ ਪਰ ਜਿਹੜੇ ਬੀਸੀ ਲਿਬਰਲ ਪਾਰਟੀ ਵਾਲੇ ਉਹ ਪਤਾ ਨਹੀਂ ਕੱਲ੍ਹ ਬਜ਼ਿੱਦ ਨੇ ਜੀ, ਉਹ ਕਹਿੰਦੇ ਵੀ ਅਸੀਂ ਰੈਫਰੈਂਡਮ ਕਰਾਉਣਾ ਆ ਅਤੇ ਉਹ ਸਾਊਥ ਸਰੀ ਦੇ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਆ ਜੀ। ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦਾ ਕੋਈ ਅਹਿਮ ਡਾਟਾ ਚੋਰੀ ਹੋ ਗਿਆ ਜੀ? ਮਾੜੇ ਮੋਟੇ ਲੋਕਾਂ ਦੇ ਡਾਟੇ ਚੋਰੇ ਹੁੰਦੇ ਰਹਿੰਦੇ ਆ ਜੀ, ਪਰ ਪ੍ਰਧਾਨ ਮੰਤਰੀ ਦੇ ਦਫ਼ਤਰ ਜਿਹੜਾ ਨਿੱਜੀ ਵੈਬਸਾਈਟ ਆ ਉਹਨਾਂ ਦੀ, ਉਹਨੂੰ ਦੂਜੀ ਵਾਰੀ ਸਾਨੂੰ ਲੱਗ ਚੁੱਕੀ ਜੀ। ਇੱਕ ਵਾਰੀ ਸਤੰਬਰ ਦੇ ਵਿੱਚ ਹੈਕ ਕਰ ਲਈ ਗਈ ਸੀਗੀ, ਈਵਨ ਉਹਨਾਂ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀਗਾ, ਅਤੇ ਹੁਣ ਫਿਰ ਦੁਬਾਰਾ ਜਿਹੜੀ ਆ ਉਹਨਾਂ ਦੀ ਵੈਬਸਾਈਟ ਜਿਹੜੀ ਆ ਉਹ ਹੈਕ ਕਰ ਲਈ ਗਈ ਹੈ ਜੀ, ਜਿਹੜੀ ਨਿੱਜੀ ਵੈਬਸਾਈਟ ਆ। ਉਹਦੇ ਉੱਤੇ ਤਕਰੀਬਨ 5,70,000 ਲੋਕਾਂ ਦਾ ਡਾਟਾ ਜਿਹੜਾ ਜੀ ਉਹ ਚੋਰੀ ਕੀਤਾ ਗਿਆ। ਸਿਰਫ ਚੋਰੀ ਨਹੀਂ ਕੀਤਾ ਗਿਆ, ਚੋਰੀ ਕਰਕੇ ਉਹਨੂੰ ਦੁਬਾਰਾ ਡਾਰਕ ਵੈੱਬ ਦੇ ਉੱਤੇ ਸੇਲ ਦੇ ਵਾਸਤੇ ਵੀ ਲਾ ਦਿੱਤਾ ਗਿਆ ਜੀ, ਵੀ ਜੇ ਕਿਸੇ ਨੂੰ ਚਾਹੀਦਾ ਹੈਗਾ ਤਾਂ ਖਰੀਦ ਲਵੇ ਜੀ। ਉਸ ਡਾਟੇ ਦੇ ਵਿੱਚ ਜੀ ਕਾਫੀ ਲੋਕਾਂ ਦੀ ਜਾਣਕਾਰੀ ਆ, ਤਕਰੀਬਨ 3 ਲੱਖ ਲੋਕ ਤਾਂ ਇਹੋ ਜਿਹੇ ਦਾਨੀ ਆ ਉਹਨਾਂ ਦੇ ਵਿੱਚ, ਜਿਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀਆਂ ਅੱਡ ਅੱਡ ਸਕੀਮਾਂ ਦੇ ਵਿੱਚ ਡੋਨੇਸ਼ਨਾਂ ਕੀਤੀਆਂ ਹੋਈਆਂ। ਸੋ ਉਹਦੇ ਵਿੱਚ ਉਹਨਾਂ ਦੀ ਡੋਨੇਸ਼ਨ ਕਰਕੇ ਉਹਨਾਂ ਦੇ ਖਾਤਿਆਂ ਦੀ ਜਾਣਕਾਰੀ, ਉਹਨਾਂ ਦੇ ਨਾਂ, ਉਹਨਾਂ ਦੀ ਈਮੇਲਸ, ਉਹਨਾਂ ਦੇ ਐਡਰੈਸ, ਇਹੋ ਜਿਹੀ ਬਹੁਤ ਜਿਹੜੀ ਜਾਣਕਾਰੀ ਗੀ ਆ, ਸੰਵੇਦਨਸ਼ੀਲ ਜਿਹਨੂੰ ਕਹਿ ਦਿੰਦੇ ਹੁੰਦੇ ਆ, ਉਹ ਉਹਦੇ ਵਿੱਚ ਹੈਗੀ ਆ। ਹਾਲਾਂਕਿ ਜਿਹੜੀ ਵੈਬਸਾਈਟ ਦੁਬਾਰਾ ਉਹਨਾਂ ਨੇ ਲੈ ਲਈ ਹੈ ਵਾਪਸ, ਪਰ ਫਿਰ ਵੀ ਜਿਹੜਾ ਡਾਟਾ ਜੀ ਉਹ ਚੋਰੀ ਹੋ ਚੁੱਕਾ ਆ।
ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸੇ ਨੂੰ ਸ਼ਾਮਿਲ ਕੀਤਾ ਗਿਆ, ਵੱਡਾ ਅਹੁਦਾ ਦਿੱਤਾ ਗਿਆ, ਕੌਣ ਆ ਜੀ? ਵੈਸੇ ਤਾਂ ਅਹੁਦੇ ਜੀ ਬਹੁਤ ਦਿੱਤੇ ਗਏ ਆ, ਨਵੇਂ ਨਵੇਂ ਜਿਹੜੇ ਆ ਵੰਡੇ ਗਏ ਆ, ਸਪੈਸ਼ਲੀ ਇਸਤਰੀ ਵਿੰਗ ਦੀ ਜਿਹੜੀ ਪ੍ਰਧਾਨ ਹੈਗੇ ਬੀਬੀ ਜਗੀਰ ਕੌਰ ਹੋਣੀ, ਉਹਨਾਂ ਵੱਲੋਂ। ਪਰ ਇੱਕ ਜਿਹੜੇ ਅਹੁਦੇ ਉੱਤੇ ਬਹੁਤ ਵੱਡਾ ਇਤਰਾਜ਼ ਹੋ ਰਿਹਾ ਜੀ, ਅਕਾਲੀ ਦਲ ਨੂੰ ਲਗਾਤਾਰ ਜਿਹੜਾ ਜੀ ਇਸ ਗੱਲ ਦਾ ਕਹਿ ਲਓ ਖਮਿਆਜ਼ਾ ਵੀ ਭੁਗਤਣਾ ਪਿਆ, ਉਹਨਾਂ ਦੀ ਆਲੋਚਨਾ ਵੀ ਹੁੰਦੀ ਰਹੀ ਆ ਕਿ ਉਹਨਾਂ ਨੇ ਸਵੇਤ ਸੈਣੀ ਦੇ ਨਾਲ ਨੇੜਤਾ ਰੱਖੀ ਆ ਅਤੇ ਉਹਨੂੰ ਐਂਡ ਤੱਕ ਬਚਾਉਂਦੇ ਰਹੇ ਆ ਜੀ, ਹਾਲੇ ਵੀ ਸ਼ਾਇਦ ਬਚਾ ਰਹੇ ਹੋਣਗੇ। ਪਰ ਹੁਣ ਦੂਜੇ ਪਾਸੇ ਇੱਕ ਹੋਰ ਪੁਲਿਸ ਆਫਿਸਰ ਰਿਹਾ ਜਿਹੜੇ ਕਿ 1980ਵਿਆਂ ਅਤੇ 90ਵਿਆਂ ਦੇ ਵਿੱਚ ਕਾਫੀ ਬਦਨਾਮ ਰਹੇ ਆ, ਆਲਮ ਸੈਨਾ ਉਹਨਾਂ ਨੇ ਕੈਟਾਂ ਦੀ ਬਣਾਈ ਹੁੰਦੀ ਸੀਗੀ ਜਿਹਦੇ ਰਾਹੀਂ ਉਹ ਨੌਜਵਾਨ ਸਿੱਖਾਂ ਦਾ ਮਾਝੇ ਵਿੱਚ ਸਪੈਸ਼ਲੀ ਸ਼ਿਕਾਰ ਕਰਦੇ ਰਹੇ ਆ, ਇਹ ਦੋਸ਼ ਲੱਗਦੇ ਰਹੇ ਆ ਉਹਨਾਂ ਦੇ ਉੱਤੇ। ਸੋ ਇਜ਼ਹਾਰ ਆਲਮ, ਉਹਨਾਂ ਦੀ ਪਤਨੀ ਜਿਹੜੀ ਆ ਬੀਬੀ ਫਰਜ਼ਾਨਾ ਆਲਮ, ਉਹਨੂੰ ਅਕਾਲੀ ਦਲ ਦੀ ਇਸਤਰੀ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਜੀ। ਸੋ ਲੱਗਦਾ ਕਿ ਅਕਾਲੀ ਦਲ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਸਿੱਖਿਆ ਨਹੀਂ। ਜਿਹੜੀ ਸਵੇਤ ਸੈਣੀ ਦੇ ਮਾਮਲੇ ਵਿੱਚ ਲੋਕਾਂ ਨੇ ਸਪੈਸ਼ਲੀ ਸਿੱਖਾਂ ਦੀ ਉਹਨਾਂ ਦੇ ਨਾਲ ਰਸਾਈ ਸੀਗੀ ਉਹ ਹਜੇ ਤੱਕ ਕਾਇਮ ਆ, ਅਤੇ ਉਹਨਾਂ ਨੇ ਇੱਕ ਹੋਰ ਬੁੱਚੜ ਕਾਤਲ ਪੁਲਿਸ ਅਫਸਰ ਦੀ ਘਰਵਾਲੀ ਨੂੰ ਅਕਾਲੀ ਦਲ ਦੇ ਵਿੱਚ ਅਹਿਮ ਅਹੁਦਾ ਜਿਹੜਾ ਜੀ ਉਹ ਬਖਸ਼ ਦਿੱਤਾ। ਖੇਤੀ ਬਿੱਲਾਂ ਦੇ ਵਿਰੁੱਧ ਜਿਹੜਾ ਮਤਾ ਸੀ, ਕੀ ਬਣਿਆ ਉਹਦੇ 'ਤੇ, ਕੀ ਅਪਡੇਟ ਆ ਜੀ? ਮਤਾ ਜੀ ਸਾਰੀਆਂ ਪਾਰਟੀਆਂ ਵਿਧਾਈ ਦੀਆਂ ਹੱਕਦਾਰ ਨੇ ਛੁੱਟ ਭਾਜਪਾ ਤੋਂ, ਕਿਉਂਕਿ ਉਹਨਾਂ ਦੇ ਦੋ ਜਿਹੜੇ MLA ਉਹਨਾਂ ਨੇ ਵੋਟ ਨਹੀਂ ਪਾਈ, ਬਾਕੀ ਸਾਰਿਆਂ ਨੇ ਸਰਬਸੰਮਤੀ ਦੇ ਨਾਲ, ਚਾਹੇ ਉਹ ਕਾਂਗਰਸੀ ਸੀ, ਅਕਾਲੀ ਸੀ, ਆਮ ਆਦਮੀ ਪਾਰਟੀ ਵਾਲੇ ਸੀ ਜਾਂ ਆਜ਼ਾਦ ਸੀਗੇ, ਉਹਨਾਂ ਨੇ ਇਹ ਮਤਾ ਜਿਹੜਾ ਪਾਸ ਕਰ ਦਿੱਤਾ ਜੀ। ਅਤੇ ਮਤਾ ਪਾਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਲੱਛੇਦਾਰ ਭਾਸ਼ਣ ਦਿੱਤੇ, ਪੱਖੀਆਂ ਨੇ ਵੀ ਬੜੇ ਲੱਛੇਦਾਰ ਭਾਸ਼ਣ ਦਿੱਤੇ, ਕਾਂਗਰਸੀਆਂ ਨੇ ਤਾਂ ਸਿਫਤਾਂ ਕਰਨੀਆਂ ਹੁੰਦੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ, ਵੀ ਇਹ ਤਾਂ ਸਾਹ ਆ ਜੀ, ਇਹ ਤਾਂ ਇੱਦਾਂ ਕਰ ਦਿੰਦਾ ਹੁੰਦਾ, ਉੱਦਾਂ ਕਰ ਦਿੰਦਾ ਹੁੰਦਾ। ਬਾਕੀ ਪਾਰਟੀਆਂ ਵਾਲਿਆਂ ਨੇ ਵੀ ਜਿਹੜੇ ਸੁਝਾਅ ਦਿੱਤੇ, ਕੁਛ ਨੇ ਵਿਰੋਧਤਾ ਕੀਤੀ ਵੀ ਇਹਦੇ ਵਿੱਚ ਇੱਦਾਂ ਹੋਣਾ ਚਾਹੀਦਾ ਸੀਗਾ। ਆਮ ਆਦਮੀ ਪਾਰਟੀ ਦਾ ਵਿਸ਼ੇਸ਼ ਇਤਰਾਜ਼ ਇਹ ਰਿਹਾ ਕਿ ਜਿਹੜਾ ਮਤੇ ਦੀਆਂ ਕਾਪੀਆਂ ਸੀਗੀਆਂ, ਡਰਾਫਟ ਸੀਗਾ, ਸਾਨੂੰ ਪਹਿਲਾਂ ਨਹੀਂ ਦਿੱਤਾ ਗਿਆ, ਮਤਾ ਰੱਖਣ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜਾ ਸਾਨੂੰ ਸੌਂਪਿਆ ਗਿਆ। ਇਸ ਕਰਕੇ ਜਿਹੜੀਆਂ ਅਸੀਂ ਇਹਦੇ ਉੱਤੇ ਚੇਂਜਸ ਕਰਾਉਣੀਆਂ ਚਾਹੁੰਦੇ ਸੀਗੇ, ਉਹਦੇ ਵਾਸਤੇ ਸਾਡੇ ਕੋਲ ਪੂਰਾ ਸਮਾਂ ਹੈ ਨਹੀਂ ਗਾ ਸੀਗਾ ਜੀ, ਸਾਨੂੰ ਪੜ੍ਹਨ ਦਾ ਪੂਰਾ ਸਮਾਂ ਹੈ ਨਹੀਂ ਗਾ ਸੀਗਾ। ਅਤੇ ਇਸ ਦੇ ਨਾਲ ਹੀ ਜਿਹੜੇ ਅਕਾਲੀ ਦਲ ਵਾਲੇ ਆ ਉਹ ਕਹਿੰਦੇ ਵੀ ਅਸੀਂ ਸਪੋਰਟ ਕਰਦੇ ਹਾਂ ਇਸ ਮਤੇ ਦੀ, ਵੀ ਅਸੀਂ ਠੀਕ ਹੈ, ਸਹਿਮਤ ਹੈ ਇਸ ਗੱਲ ਦੇ ਨਾਲ। ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮਤਾ ਪਾਸ ਕਰਦਿਆਂ ਨਾਲ ਦਾ ਮਤਾ ਜਿਹੜਾ ਰੱਦ ਕਰਵਾਇਆ, ਸਾਰਿਆਂ ਨੇ ਵੋਟਾਂ ਪਾ ਦਿੱਤੀਆਂ ਜੀ। ਅੱਛਾ, ਵੀ ਅਸੀਂ ਜਿਹੜਾ ਖੇਤੀ ਆਰਡੀਨੈਂਸ ਜਿਹੜੇ ਕੇਂਦਰ ਸਰਕਾਰ ਨੇ ਪਾਸ ਕੀਤੇ ਆ, ਇਹਨਾਂ ਨੂੰ ਪੰਜਾਬ ਵਿੱਚ ਲਾਗੂ ਨਹੀਂ ਕਰਦੇ ਹੈਗੇ, ਇਹ ਮਾੜੀ ਗੱਲ ਹੈਗੀ ਆ ਵੀ ਇਹਨੂੰ ਅਸੀਂ ਰੱਦ ਕਰਦੇ ਹਾਂ, ਮੁੱਢੋਂ ਸੁੱਢੋਂ ਰੱਦ ਕਰਦੇ ਹਾਂ। ਪਰ ਨਾਲ ਉਹਨਾਂ ਨੇ ਫਿਰ ਜਿਹੜੀਆਂ ਕੁਝ ਭਾਵਨਾਤਮਕ ਗੱਲਾਂ ਵੀ ਜਿਹੜੀਆਂ ਕੀਤੀਆਂ ਜੀ, ਉਹ ਕਹਿੰਦੇ ਵੀ ਇੱਕ ਪਾਸੇ ਆਪਣੀ ਪਾਕਿਸਤਾਨ ਦੇ ਨਾਲ ਦੁਸ਼ਮਣੀ ਆ, ਦੂਜੇ ਪਾਸੇ ਚੀਨ ਬਰੂਹਾਂ 'ਤੇ ਖੜ੍ਹਾ ਆਣ ਕੇ, ਅਤੇ ਆਪਾਂ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਇਹੋ ਜਿਹੇ ਬਣਾ ਰਹੇ ਹਾਂ ਜਿਹਦੇ ਨਾਲ ਜਿਹੜੇ ਨੌਜਵਾਨ ਆ ਉਹ ਗਲਤ ਹੱਥਾਂ 'ਚ ਖੇਡ ਸਕਦੇ ਆ, ਪੰਜਾਬ ਦੀ ਜਿਹੜੀ ਹਾਲਤ ਆ ਉਹ ਮੁੜ ਕੇ ਫਿਰ 1980ਵਿਆਂ ਵਾਲੀ ਬਣ ਸਕਦੀ ਆ, 90ਵਿਆਂ ਵਾਲੀ ਬਣ ਸਕਦੀ ਆ, ਵੀ ਇਹਦੇ ਨਾਲ ਕੀ ਹੋਣਾ, ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਉਹ ਭੰਗ ਹੋ ਜਾਣਾ, ਭਾਰਤ ਦੀ ਜਿਹੜੀ ਰਾਸ਼ਟਰੀ ਸੁਰੱਖਿਆ ਹੈਗੀ ਉਹ ਖਤਰੇ ਵਿੱਚ ਪੈ ਜਾਣੀ ਆ। ਸੋ ਇਹੋ ਜਿਹੇ ਡਰਾਵੇ ਦੇ ਕੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਡਰਾਉਣ ਦਾ ਜਿਹੜਾ ਆ ਉਹ ਯਤਨ ਕੀਤਾ ਹੈਗਾ, ਅਤੇ ਮੈਨੂੰ ਤਾਂ ਲੱਗਦਾ ਕੇਂਦਰ ਸਰਕਾਰ ਨੂੰ ਪਹਿਲਾਂ ਵੀ ਕਈ ਵਾਰੀ ਡਰਾ ਚੁੱਕੇ ਆ ਇਸ ਤਰ੍ਹਾਂ ਦੇ ਡਰਾਵਿਆਂ ਦੇ ਨਾਲ, ਜੇ ਇਹ ਡਰਾਵੇ ਕੰਮ ਕਰਦੇ ਹੁੰਦੇ ਤਾਂ ਫਿਰ ਉਹ ਬਿੱਲ ਪਾਸ ਹੀ ਨਾ ਕਰਦੇ, ਅਤੇ ਬਾਕੀ ਉਹ ਆਪਣੇ ਫੈਸਲੇ 'ਤੇ ਬਜ਼ਿੱਦ ਨੇ ਕੇਂਦਰ ਵਾਲੇ। ਅਤੇ ਹੁਣ ਗੱਲ ਇੱਥੇ ਆ ਕੇ ਖੜ੍ਹੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹ ਜਾਂ ਸਾਥੀਆਂ ਨੇ ਸਾਰਿਆਂ ਨੇ ਰਲ ਕੇ ਇਹ ਜਿਹੜੇ ਆ ਮਤੇ ਰੱਦ ਕੀਤੇ ਆ, ਇਹ ਤੋਂ ਬਾਅਦ ਕੀ ਹੋਊਗਾ, ਇਹ ਸਵਾਲ ਜਿਹੜਾ ਵੱਡਾ ਹੈਗਾ ਆ। ਪ੍ਰੈਸ਼ਰ ਬਹੁਤ ਸੀ ਲੋਕਾਂ ਦਾ, ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਗੱਲ 'ਤੇ ਨਹੀਂ ਸੀ ਆਉਂਦੇ ਹੈਗੇ ਕਿ ਮਤੇ ਰੱਦ ਕੀਤੇ ਜਾਣ, ਇਹ ਕਾਨੂੰਨੀ ਲੜਾਈ ਲੜਨ ਵੱਲ ਨੂੰ ਜਾ ਰਹੇ ਸੀਗੇ। ਕੱਲ੍ਹ ਵੀ ਇਹੀ ਗੱਲ ਕਹੀ ਗਏ ਆ ਕਿ ਹੁਣ ਮਤੇ ਰੱਦ ਕਰਨ ਤੋਂ ਬਾਅਦ ਕਾਨੂੰਨੀ ਲੜਾਈ ਲੜਨ ਲਈ ਰਾਹ ਜਿਹੜਾ ਆ ਪੱਧਰਾ ਹੋ ਗਿਆ, ਜਦੋਂ ਕਿ ਇਹ ਕਾਨੂੰਨੀ ਲੜਾਈ ਨਹੀਂ ਹੈਗੀ, ਇਹ ਰਾਜਸੀ ਲੜਾਈ ਹੈਗੀ ਆ। ਕਾਨੂੰਨੀ ਲੜਾਈ ਤੁਸੀਂ ਕਿਹਦੇ ਨਾਲ ਲੜ ਲਓਗੇ ਜਦੋਂ ਸੁਪਰੀਮ ਕੋਰਟ ਉਹਨਾਂ ਦੀ ਜੇਬ ਵਿੱਚ ਆ? ਤੁਸੀਂ ਪਾਣੀਆਂ ਦੇ ਮੁੱਦੇ 'ਤੇ ਕਾਨੂੰਨੀ ਲੜਾਈ ਲੜ ਕੇ ਦੇਖ ਹੀ ਲਈ ਆ, ਕਿੰਨੀ ਕੁ ਤੁਹਾਨੂੰ ਸਫਲਤਾ ਜਿਹੜੀ ਆ ਮਿਲੀ ਆ? ਇੱਕ ਰਾਜਸੀ ਅਟੈਕ ਕੀਤਾ ਗਿਆ ਤੁਹਾਡੇ ਉੱਤੇ, ਇਹਦਾ ਰਾਜਸੀ ਹੀ ਜਵਾਬ ਦੇਣਾ ਆ। ਬਲਕਿ ਸਿਰਫ ਇਸੇ ਗੱਲ ਦਾ ਜਵਾਬ ਨਹੀਂ ਹੈਗਾ, ਜਿਹੜੀ ਪੰਜਾਬ ਨੂੰ ਹਰੇਕ ਗੱਲ ਵਿੱਚ ਖੁਦਮੁਖਤਿਆਰੀ ਚਾਹੀਦੀ ਆ, ਉਹਨੇ ਕੀ ਖਰੀਦਣਾ ਆ, ਕੀ ਵੇਚਣਾ ਆ, ਕਿੱਥੇ ਖਰੀਦਣਾ, ਕਿੱਥੇ ਵੇਚਣਾ, ਇਸ ਗੱਲ ਦੀ ਖੁਦਮੁਖਤਿਆਰੀ ਹੋਣੀ ਚਾਹੀਦੀ ਆ। ਜਿਹੜੇ ਪੰਜਾਬ ਦੇ ਕੁਦਰਤੀ ਸਾਧਨ ਨੇ, ਪਾਣੀ ਨੇ, ਉਹਨਾਂ ਦਾ ਸੌਦਾ ਉਹਨੇ ਕਿਹਨਾਂ ਨਾਲ ਕਰਨਾ, ਕਿੰਨੇ 'ਚ ਵੇਚਣਾ, ਕਿੰਨੇ 'ਚ ਉਹਨਾਂ ਨੂੰ ਜਿਹੜਾ ਭਾਅ ਪੁੱਗਦਾ ਹੈਗਾ, ਉਹ ਸਾਰੇ ਹੱਕ ਪੰਜਾਬ ਕੋਲ ਹੋਣੇ ਚਾਹੀਦੇ ਆ। ਅਤੇ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਜਿਹੜੀਆਂ ਵਿਧਾਨ ਸਭਾ ਹੈਗੀ ਆ, ਅੱਡ ਅੱਡ ਪਾਰਟੀਆਂ ਆ, ਉਹ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹੁੰਦੀਆਂ, ਇਹ ਜਿਹੜੀਆਂ ਗੱਲਾਂ ਕਿਸੇ ਸਿਰੇ ਲੱਗਣੀਆਂ ਨਹੀਂ ਹੈਗੀਆਂ ਜੀ। ਬਾਕੀ ਕਿਸਾਨ ਸੰਘਰਸ਼ ਜਿਹੜਾ ਆ ਉਹ ਜਾਰੀ ਆ। ਚਲੋ ਠੀਕ ਹੈ, ਇਹਨੂੰ ਇੱਕ ਗੱਲ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਪ੍ਰੈਸ਼ਰ ਨਾਲ ਕਈ ਕੁਛ ਹੋਇਆ। ਪਹਿਲਾਂ ਬੀਬੀ ਹਰਸਿਮਰਤ ਕੌਰ ਨੂੰ ਅਸਤੀਫਾ ਦੇਣਾ ਪਿਆ, ਉਸ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਲੋਕਾਂ ਦੇ ਦਬਾਅ ਕਾਰਨ ਟੁੱਟਾ, ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੇ ਦਬਾਅ ਦੇ ਵਿੱਚ ਇਹ ਮਤੇ ਜਿਹੜੇ ਆ ਉਹ ਪਾਸ ਰੱਦ ਕਰਨੇ ਪਏ ਆ। ਸੋ ਉਹ ਲੋਕਾਂ ਦਾ ਦਬਾਅ ਕੰਮ ਕਰ ਰਿਹਾ, ਪਰ ਲੋਕਾਂ ਦਾ ਦਬਾਅ ਜਿਹੜਾ ਹੋਰ ਵਧਾਉਣ ਦੀ ਲੋੜ ਆ, ਹੋਰ ਲੋਕਾਂ ਨੂੰ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਲੋੜ ਆ।
ਹੁਣ ਯੂਜਲੀ ਤਾਂ ਇਹੀ ਹੁੰਦਾ ਕਿ ਜਦੋਂ ਕੋਈ ਚੀਜ਼ ਕਿਤੇ ਦਾ ਮਤਾ ਰੱਖਿਆ ਜਾਂਦਾ ਤਾਂ ਉਹਦੀ ਡਰਾਫਟ ਕਾਪੀ ਉਦੋਂ ਹੀ ਕੁਝ ਮਿੰਟ ਪਹਿਲਾਂ ਦਿੱਤੀ ਜਾਂਦੀ ਆ, ਪਰ ਇਹ ਸ਼ਾਇਦ ਮਤਾ ਜ਼ਿਆਦਾ ਗੈਰ ਗੰਭੀਰ ਗੰਭੀਰ ਸੀਗਾ, ਸੰਵੇਦਨਸ਼ੀਲ ਸੀਗਾ, ਉਹ ਪਹਿਲਾਂ ਮੰਗ ਕਰ ਰਹੇ ਸੀਗੇ। ਬਾਕੀ ਜਦੋਂ ਤੁਸੀਂ ਉੱਤੇ ਬਹਿਸ ਹੋਣੀ ਹੁੰਦੀ ਆ, ਜੇ ਤਾਂ ਉੱਥੇ ਹੋਵੇ ਦਿਆਨਤਦਾਰੀ, ਫਿਰ ਤਾਂ ਇਹ ਹੁੰਦੀ ਹੈ ਕਿ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਜਾਂਦਾ, ਅਤੇ ਜਿਹੜੇ MLA ਹੋਣੇ ਚਾਹੀਦੇ ਆ ਉਹ ਵੀ ਇੰਨੇ ਕਾਬਲ ਹੋਣੇ ਚਾਹੀਦੇ ਵੀ ਜੇ 15 ਮਿੰਟ ਪਹਿਲਾਂ ਵੀ ਮਤਾ ਮਿਲ ਗਿਆ ਉਹ ਪੜ੍ਹ ਕੇ ਉੱਤੇ ਪ੍ਰਤੀਕਿਰਿਆ ਕਰ ਸਕਦੇ ਹੋਣ। ਇਹ ਨਾ ਹੋਵੇ ਵੀ MLA ਨੂੰ ਮਤਾ ਪੜ੍ਹਾਉਣ ਲਈ ਪਹਿਲਾਂ ਕਿਸੇ ਹੋਰ ਕੋਲ ਜਾਣਾ ਪਵੇ। ਆਮ ਆਦਮੀ ਪਾਰਟੀ ਵਾਲੇ ਮਾਮਲੇ 'ਚ ਲੱਗਦਾ ਇਹੀ ਹੈ, ਜਿਹੜਾ ਪਹਿਲਾਂ ਮਤਾ ਮੰਗ ਰਹੇ ਸੀਗੇ ਤੁਹਾਨੂੰ 15 ਮਿੰਟ ਪਹਿਲਾਂ ਮਿਲ ਗਿਆ ਮਤਾ, 20 ਮਿੰਟ ਪਹਿਲਾਂ ਮਿਲ ਗਿਆ, ਤੁਸੀਂ ਉੱਥੇ ਬੈਠਿਆਂ ਨੇ ਜਦੋਂ ਬਾਕੀ ਸਾਰਿਆਂ ਨੇ ਪੜ੍ਹਨਾ ਤੁਸੀਂ ਵੀ ਪੜ੍ਹ ਲਿਓ। ਪਰ ਜਾਪਦਾ ਕਿ ਕਿਸੇ ਹੋਰ ਕੋਲੋਂ ਪੜ੍ਹਾਉਣਾ ਸੀ ਸ਼ਾਇਦ ਕਾਨੂੰਨੀ ਮਾਹਰ ਕੋਲੋਂ ਜਾਂ ਕੀ, ਇਹਦੇ ਵਿੱਚ ਕੀ ਗੱਲ ਹੈਗੀ ਹੈ। ਸੋ ਇਹ ਇੱਕ ਉੱਥੇ ਆਉਂਦੀ ਹੈ ਵੀ ਜਿਹੜੇ ਪੜ੍ਹੇ ਲਿਖੇ ਲੋਕ ਜਾਂ ਸਿਆਣੇ ਸਮਝਦਾਰ ਲੋਕ ਜਿਹੜੇ ਆ ਵਿਧਾਨ ਸਭਾ 'ਚ ਹੋਣੇ ਚਾਹੀਦੇ ਆ। ਹੁਣ ਗੱਲ ਕੀ ਹੋਈ ਕਿ ਚਲੋ ਉਹ ਤਾਂ ਮਤਾ ਹੁਣ ਜਿਵੇਂ ਕਿਵੇਂ ਆਮ ਆਦਮੀ ਪਾਰਟੀ ਨੇ ਵੀ ਸਹਿਯੋਗ ਕਰ ਦਿੱਤਾ, ਪਾਸ ਹੋ ਗਿਆ, ਪਰ ਉਹ ਕਹਿੰਦੇ ਵੀ ਇਹ ਮਤੇ ਦੇ ਨਾਲ ਹੋਣਾ ਕੁਛ ਨਹੀਂ ਹੈਗਾ ਜੀ, ਉਹ ਇੱਕ ਹੋਰ ਪੁਆਇੰਟ ਦੇ ਉੱਤੇ ਅੜੇ ਹੋਏ ਆ। ਉਹ ਕਹਿੰਦੇ ਇਹਦੇ ਨਾਲ ਗੱਲੀ ਬਾਤੀ ਸਾਰਾ ਕੁਛ ਹੋ ਗਿਆ ਵੀ ਮਤਾ ਰੱਦ ਕਰ ਦਿੱਤਾ, ਉਦੋਂ ਬਾਅਦ ਉਹ ਰਾਜਪਾਲ ਕੋਲ ਜਾਊਗਾ, ਰਾਜਪਾਲ ਇਹਦੇ ਸਾਈਨ ਕਰੇ ਨਾ ਕਰੇ, ਮੋਦੀ ਸਰਕਾਰ ਇਹਨੂੰ ਮੰਨੇ ਨਾ ਮੰਨੇ, ਰਾਸ਼ਟਰਪਤੀ ਇਹਨੂੰ ਮੰਨੇ ਨਾ ਮੰਨੇ, ਗੱਲ ਤਾਂ ਫਿਰ ਹਵਾ 'ਚ ਲਟਕ ਗਈ। ਇਹਦੇ ਨਾਲ ਕੀ ਖੁੱਲ੍ਹੀ ਮੰਡੀ ਖਤਮ ਹੋ ਜਾਊਗੀ, ਇਹਦੇ ਨਾਲ ਕੀ ਕਿਸਾਨਾਂ ਦਾ ਜਿਹੜਾ ਭਾਅ ਰਾਈਟ ਵੇ ਜਿਹੜਾ ਮਿਲਣਾ ਸਹੀ ਹੋ ਜਾਊਗਾ, ਉਹ ਤਾਂ ਫਿਰ ਗੱਲ ਸਹੀ ਹੈ ਉਹਨਾਂ ਦੀ, ਉੱਥੇ ਹੀ ਰਹਿਣਾ ਆ। ਸੋ ਜਿਹੜਾ ਉਹਨਾਂ ਦਾ ਲੌਜਿਕ ਹੈਗਾ ਇਸ ਗੱਲੋਂ ਜਾਇਜ਼ ਹੈਗਾ ਕਿ ਉਹ ਕਹਿੰਦੇ ਵੀ ਪੰਜਾਬ ਸਰਕਾਰ ਇਸ ਗੱਲ ਦੀ ਗਰੰਟੀ ਦੇਵੇ ਕਿ ਕਿਸਾਨਾਂ ਨੂੰ ਜਿਹੜੀ ਫਸਲ ਦੀ MSP ਹੈਗੀ ਆ, ਜਿਹੜਾ ਮਿਨੀਮਮ ਸਟੈਂਡਰਡ ਪ੍ਰਾਈਸ ਆ, ਉਹ ਜ਼ਰੂਰ ਮਿਲੇ, ਘੱਟੋ ਘੱਟ ਲਾਗਤ ਮੁੱਲ ਜਿਹੜਾ ਆ। ਸੋ ਜਿੰਨਾ ਚਿਰ ਉਹ ਗਰੰਟੀ ਨਹੀਂ ਮਿਲਦੀ ਆ, ਗੱਲਾਂ ਜਿਹੜੀਆਂ ਹਵਾਈ ਹੈਗੀਆਂ ਆ, ਇਹ ਤਾਂ ਸਾਲ 2 ਸਾਲ 5 ਸਾਲ ਇੱਦਾਂ ਚੱਲੀ ਜਾਣੀਆਂ ਆ। ਪਰ ਜਿਹੜਾ ਕਿਸਾਨ ਉਹਨੂੰ ਤਾਂ ਫਸਲ 6 ਮਹੀਨਿਆਂ ਬਾਅਦ ਵੇਚਣੀ ਆ, ਉਹਦਾ ਜਿਹੜਾ ਹੱਲ ਇਹੀ ਆ ਕਿ ਪੰਜਾਬ ਸਰਕਾਰ ਇੱਕ ਆਪਣੀ ਏਜੰਸੀ, ਕੋਈ ਸੰਸਥਾ, ਕੋਈ ਬੋਰਡ ਸਥਾਪਿਤ ਕਰੇ ਜਿਹੜਾ ਇਸ ਗੱਲ ਦੀ ਗਰੰਟੀ ਚੁੱਕੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਫਸਲ MSP ਵਾਲੇ ਭਾਅ 'ਤੇ ਖਰੀਦਾਂਗੇ, ਅਸੀਂ ਫਿਰ ਗਾਂਹ ਜਿਵੇਂ ਵੇਚਾਂਗੇ ਮਰਜ਼ੀ ਵੇਚੀਏ, ਉਸ ਗੱਲ ਨੂੰ ਘੱਟੋ ਘੱਟ ਕਿਸਾਨਾਂ ਨੂੰ ਇਸ ਗੱਲ ਦੀ ਗਰੰਟੀ ਹੋਵੇ, ਉਹ ਗਰੰਟੀ ਚੱਕਣ ਲਈ ਜਿਹੜੀ ਆ ਕੈਪਟਨ ਸਰਕਾਰ ਹਾਲੇ ਰਾਜ਼ੀ ਹੈ ਨਹੀਂ ਗੀ ਜੀ। ਸੋ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਇਸ ਗੱਲ ਦਾ ਵਿਰੋਧ ਕਰ ਰਹੀ ਆ, ਉਹ ਕਹਿੰਦੇ ਵੀ ਇਹ ਸਿਰਫ ਮਤਾ ਭਾਰ ਜਿਹੜਾ ਰੱਦ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਇਆ ਗਿਆ ਆ, ਅਸਲੀ ਮਸਲਾ ਉਦੋਂ ਹੱਲ ਹੋਣਾ ਜਦੋਂ ਪਹਿਲਾਂ ਪੰਜਾਬ ਸਰਕਾਰ ਲਾਗਤ ਮੁੱਲ ਦੇ ਉੱਤੇ ਕਿਸਾਨਾਂ ਕੋਲੋਂ ਖੁਦ ਫਸਲ ਖਰੀਦਣ ਦਾ ਪ੍ਰਬੰਧ ਕਰੂਗੀ ਜੀ। ਜੀ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਧੰਨਵਾਦ ਜਸਕਰਨ ਜੀ, ਇੱਕ ਵਾਰੀ ਫਿਰ ਤੁਹਾਨੂੰ ਸਤਿ ਸ਼੍ਰੀ ਅਕਾਲ, ਅਤੇ ਨਾਲ ਹੀ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਖਬਰਾਂ 'ਤੇ, ਖਬਰਾਂ 'ਤੇ ਗੁਰਪ੍ਰੀਤ ਜੀ ਦਾ ਤਬਸਰਾ। ਅਲਵਿਦਾ ਦੋਸਤੋ। ਤੁਸੀਂ ਹੈਰਾਨ ਤਾਂ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।